ਬੜੀ ਸੋਹਣੇ ਮੁਖੜਾ ਮਲਾਈ ਦਿਓ ਡੁਨਿਓ ਜੀ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਹਾਂ ਜੀ ਤੁਹਾਡਾ ਆਪਣਾ ਆਰ ਜੇ ਰੋਜ਼ਰ ਫਰੋਮ ਰੇਡੀਓ ਸਿਟੀ 91.9 ਐਫਐਮ ਜਲੰਧਰ ਰੈਂਡ ਮੇਰੇ ਨਾਲ ਬਹੁਤ ਹੀ ਅਜ਼ੀਮ ਖਾਸ ਸ਼ਖਸੀਅਤ ਜਿਨ੍ਹਾਂ ਦੀ ਗਾਇਕੀ ਮੇਰੇ ਦਿਲ ਵਿਚ ਬਹੁਤ ਰੂਹਾਨੀ ਤਰੀਕੇ ਨਾਲ ਵਾਸ ਕਰਦੀ ਹੈ ਐਂਡ ਖਾਨ ਸਾਹਿਬ ਵੈਲਕਮ ਟੂ ਰੇਡੀਓ ਸਿਟੀ ਥੈਂਕ ਯੂ ਜੀ ਥੈਂਕ ਯੂ ਐਂਡ ਪਹਿਲਾਂ ਤੁਹਾਡੇ ਗੀਤ ਦੀਆਂ ਦੋ ਲਾਈਨਾਂ ਜਿਹੜੇ ਕਿ ਇੰਤਜ਼ਾਰ ਕਰ ਰਹੇ ਨੇ ਬਹੁਤ ਜ਼ਿਆਦਾ ਬੇਸਬਰੇ ਹੋ ਕੇ ਤੁਹਾਡੇ ਫੈਨਸ ਉਧਰ ਹਾਂਜੀ ਸਲਾਮ ਅਲੈਕੁਮ ਜੀ ਜਿਹੜਾ ਆਪਣਾ ਜ਼ਿੰਦਗੀ ਗਾਣਾ ਆਇਆ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਤੇ ਲਾਈਵ ਵੀ ਚੱਲ ਉਧਰ ਚਲੀ ਜਾਊਗਾ ਆਪਾਂ ਰੇਡੀਓ ਤਾਂ ਕਰੀਏ ਆਪਾਂ ਰੇਡੀਓ ਦਾ ਤਾਂ ਕਰੀਏ ਮਾੜਾ ਰੇਡੀਓ ਉਧਰ ਲਾਈਵ ਤਾਂ ਚਲੀ ਜਾਊਗਾ ਆਪਾਂ ਕਿਹੜਾ ਆਪਾਂ ਉਧਰ ਹੀ ਲਾਈਵ ਚਲੀ ਜਾਊਗਾ ਪਰ ਇੱਧਰ ਵੀ ਹੋ ਰਹੀ ਰਿਕਾਰਡ ਇੰਟਰਵਿਊ ਦੇਣ ਲੱਗ ਪਿਆ ਉਧਰ ਹੀ ਹਾਂਜੀ ਪਹਿਲੇ ਗੀਤ ਦੀਆਂ ਦੋ ਲਾਈਨਾਂ ਹੈ ਨਾ ਉਹ ਸੁਣੀਏ ਪਹਿਲਾਂ ਓ ਦਿਲ ਤੇਰੇ ਨਾਮ ਮੇਰੀ ਜਾਨ ਤੇਰੇ ਨਾਮ ਓ ਤੇਰੇ ਨਾਲ ਸੁਬਾ ਮੇਰੀ ਤੇਰੇ ਨਾਲ ਸ਼ਾਮ ਗੱਲ ਮੇਰੀ ਕਿਉਂ ਨੀ ਮੰਨਦਾ ਮਾਹੀ ਵੀਰੇ ਜ਼ਿੰਦਗੀ ਏ ਤੇਰੇ ਨਾਲ ਤੂੰ ਮੇਰਾ ਏ ਪਿਆ ਮੈਨੂੰ ਤੇਰਾ ਇੰਤਜ਼ਾਰ ਆ ਗਿਆ ਮੈਂ ਸੋ ਬਹੁਤ ਮੁਕੰਮਲ ਗੀਤ ਐਂਡ ਇਸ ਗੀਤ ਦੇ ਵਿੱਚ ਅਸੀਂ ਖਾਨ ਸਾਹਿਬ ਨੂੰ ਪਹਿਲੀ ਵਾਰੀ ਐਜ਼ ਇਨ ਕਰੈਕਟਰ ਚ ਐਕਟ ਕਰਦੇ ਵੇਖਿਆ ਉਦਾਂ ਤਾਂ ਵੀਡੀਓ ਸੀ ਤੁਸੀਂ ਆਉਂਦੇ ਹੋ ਨੋ ਡਾਊਟ ਪਰ ਆਹ ਐਕਸਪੀਰੀਅੰਸ ਕਿਵੇਂ ਦਾ ਸੀਗਾ ਜਰਾ ਇਹ ਵੀਰ ਜੀ ਬਸ ਪਹਿਲੀ ਵਾਰੀ ਐਕਟਿੰਗ ਕੀਤੀ ਤੇ ਬਸ ਐਕਟਰ ਤਾਂ ਸ਼ੁਰੂ ਤੋਂ ਹੀ ਤਗੜੀਆਂ ਐਕਟਰ ਦੇ ਸ਼ੁਰੂ ਤੋਂ ਹੀ ਬਾਤ ਕਰੀ ਸ਼ੋਅ ਹੀ ਨੀ ਕੀਤਾ ਕਿਸੇ ਨੂੰ ਤੇ ਬਸ ਏਦਾਂ ਅੱਲਾ ਪਾਕ ਨੇ ਤੁਹਾਨੂੰ ਬਹੁਤ ਸ਼ਕਲੋ ਸੁਰਤ ਬਹੁਤ ਸੋਹਣੀ ਦਿੱਤੀ ਆ ਰਿਪੀਟ ਨੀ ਹੋ ਰਹੀ ਕੋਈ ਚੀਜ਼ ਲੱਗਦੀ ਮੈਂ ਕਹਿਣ ਲੱਗਿਆ ਬਸ ਅੱਲਾ ਪਾਕ ਨੇ ਸ਼ਕਲ ਸੁਰਤ ਦਿੱਤੀ ਆ ਮਾੜੀ ਮੋਟੀ ਠੀਕ ਹੈ ਕਰੀ ਜਾਂਦੇ ਆ ਅੱਛਾ ਅੱਛਾ ਥੋੜੀ ਜੀ ਨਾ ਗੀਤ ਤੇ ਵੀਡੀਓ ਦੀ ਅਸੀਂ ਗੱਲ ਕਰਨੀ ਆ ਜੀ ਕੁੜੀ ਨੂੰ ਧੱਕਾ ਮਾਰ ਛੱਡਿਆ ਜੇ ਧੱਕਾ ਨੀ ਹੂੜਾ ਮਾਰਿਆ ਜੀ ਪਹਿਲਾਂ ਮੇਰੀ ਮੰਮੀ ਨੇ ਮੇਰੇ ਲੱਫੜ ਮਾਰਿਆ ਤੇ ਫਿਰ ਮੈਂ ਗੁੱਸੇ ਚ ਘਰ ਵਾਲੀ ਕੁੱਟ ਛੱਡੀ ਨਹੀਂ ਸੋਰੀ ਮੈਂ ਪਰ ਇਹ ਵੀਡੀਓ ਦੇ ਵਿੱਚ ਕਰਨਾ ਪਿਆ ਪਰ ਜਿਵੇਂ ਜਿਵੇਂ ਦੀ ਸਟੋਰੀ ਸੀਗੀ ਨਾ ਤੇ ਉਹਦੇ ਵਿੱਚ ਮਾਰਨਾ ਸੀਗਾ ਤੇ ਉਹ ਦਾਰੂ ਪੀਤੀ ਹੋਈ ਉਹਦੇ ਵਿੱਚ ਨਾ ਜਿੱਦਾਂ ਦਾਰੂ ਪੀ ਕੇ ਤਾਂ ਉਹ ਜਿੱਦਾਂ ਮਾਰਦੇ ਇੱਕ ਉਹਨਾਂ ਨੂੰ ਇੱਕ ਸਿੱਧਾ ਰਸਤਾ ਦਿਖਾਇਆ ਦੁਨੀਆਂ ਨੂੰ ਵੀ ਹਾਂ ਵੀ ਜਦੋਂ ਤੁਸੀਂ ਦਾਰੂ ਪੀਨੇ ਸ਼ਰਾਬ ਪੀਂਦੇ ਆ ਤੇ ਉਹ ਤੁਹਾਡੀ ਫੈਮਿਲੀ ਦੇ ਵਿੱਚ ਵੀ ਡਿਸਟਰਬੈਂਸ ਆਉਂਦੀ ਆ ਤੁਹਾਡੀ ਮਾਂ ਤੁਹਾਡਾ ਬਾਪ ਤੁਹਾਡਾ ਤੁਹਾਡੀ ਵਾਈਫ ਸਾਰੇ ਉਹ ਤੁਹਾਡੇ ਤੋਂ ਦੂਰ ਹੋਣ ਲੱਗ ਜਾਂਦੇ ਆ ਹੁਣ ਜਿੱਦਾਂ ਵੀਡੀਓ ਦੇ ਵਿੱਚ ਸੀਗਾ ਵੀ ਉਹ ਕੁੜੀ ਛੱਡ ਕੇ ਚੱਲ ਜਾਂਦੀ ਦੂਸਰਾ ਵਿਆਹ ਕਰਾ ਦਿੰਦੀ ਹੈ ਹਨਾ ਤੇ ਉਹ ਹੁਣ ਬੱਚੇ ਵੱਲੋਂ ਮੈਂ ਆਪਣੇ ਵੱਲੋਂ ਦੇਖ ਕੇ ਤਾਂ ਫਿਰ ਮੈਨੂੰ ਹੋਰ ਤਰ੍ਹਾਂ ਹੁੰਦੀ ਆ ਹਨਾ ਵੀ ਪਹਿਲਾਂ ਇਹਨਾਂ ਤੋਂ ਪੀ ਵਿੱਚ ਤੇ ਜਿੱਦਣ ਹੋਰ ਤਰ੍ਹਾਂ ਹੁੰਦੀ ਹਨਾ ਗੱਲ ਕਰਦੇ ਆ ਤੇ ਜੜ ਸ਼ਰਾਬ ਹੈ ਸਾਰਾ ਜੇ ਜੇ ਮੈਂ ਕਹਾਂ ਜੇ ਆਪਾਂ ਮੰਨੀਏ ਤਾਂ ਜੜ ਸ਼ਰਾਬ ਹੈ ਸਾਰੇ ਕਾਸੇ ਦੀ ਵੀ ਇਹ ਪ੍ਰਸਾਦ ਪਵਾਉਂਦੀ ਆ ਕਲੇਸ਼ ਪਵਾਉਂਦੀ ਹੈ ਸੋ ਇਸ ਕਰਕੇ ਇਹਨੂੰ ਥੋੜਾ ਅਵੋਇਡ ਕਰਨਾ ਚਾਹੀਦਾ ਹਾਂ ਠੀਕ ਹੈ ਜੇ ਤੁਸੀਂ ਕਿਤੇ ਹਾਂ ਤੁਸੀਂ ਬਹੁਤ ਜ਼ਿਆਦਾ ਥੱਕੇ ਹੋਏ ਆ ਕਈ ਹੈਗੇ ਬੰਦੇ ਦੋ ਪੈਗ ਲਾ ਕੇ ਸੌਂ ਜਾਓ ਯਾਰ ਕਿਹੜੀ ਗੱਲ ਹੈ ਦੋ ਪੈਗ ਲਾ ਕੇ ਸੌਂ ਜਾਓ ਐਵੇਂ ਬਟ ਡੂ ਨਾਟ ਡਰਿੰਕ ਐਂਡ ਡਰਾਈਵ ਜੀ ਬਿਲਕੁਲ ਇਹ ਗੱਡੀ ਚਲਾਉਣਾ ਤਾਂ ਬਹੁਤ ਜ਼ਿਆਦਾ ਨੁਕਸਾਨਦੇਹ ਹੋ ਜਾਂਦਾ ਵੀ ਜੇ ਬੰਦਾ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਜਾਂ ਕਿੱਦਾਂ ਵੀ ਉਹਨੂੰ ਕੋਈ ਸੁਰਤੀ ਨਹੀਂ ਰਹਿੰਦੀ ਅਸੀਂ ਤਾਂ ਕਈ ਵੇਲੇ ਛੂਹਾਂ ਤੋਂ ਆਈਦਾ ਤੇ ਸਾਨੂੰ ਉਦੋਂ ਨੀ ਸੁਰਤੀ ਰਹਿੰਦੀ ਹੁੰਦੀ ਕਈ ਵਾਰ ਇੱਕ ਵਾਰੀ ਮੈਂ ਫੁੱਟਪਾਥ ਚੜਾਦੇ ਲੱਗਿਆ ਗੱਡੀ ਉਹ ਬਿਨਾਂ ਪੀਤੀ ਤੋਂ ਬਿਨਾਂ ਪੀਤੇ ਫੁੱਟਪਾਥ ਤੇ ਚੜਾਉਣ ਲੱਗਾ ਸੀ ਤੇ ਸੋ ਇਹ ਗੱਲ ਕਰਦੇ ਵੀ ਆਪਾਂ ਨੂੰ ਨਹੀਂ ਬਹੁਤੀ ਨਹੀਂ ਕਰਨੀ ਚਾਹੀਦੀ ਹਨਾ ਇਹ ਜਾੜਿਆ ਕਲੇਸ਼ ਦੀ ਸੋ ਇਹਨੂੰ ਖਤਮ ਕਰ ਦੇਣਾ ਚਾਹੀਦਾ ਇਹ ਮੈਸੇਜ ਹੈ ਉਹਦੇ ਵਿੱਚ ਬਿਲਕੁਲ ਇਸ ਗੀਤ ਦੇ ਵਿੱਚ ਬਹੁਤ ਅੱਛਾ ਮੈਸੇਜ ਵੀ ਹੈਗਾ ਐਂਡ ਸੈਕੰਡਲੀ ਤੁਸੀਂ ਹੁਣ ਇੱਥੇ ਹੈਗੇ ਹੋ ਤੇ ਇੱਕ ਤੁਹਾਡਾ ਜਿਹੜਾ ਢੁਕਵਾਂ ਜਾਂ ਪਹਿਲਾਂ ਗੀਤ ਆ ਉਹਦੀਆਂ ਦੋ ਲਾਈਨਾਂ ਜ਼ਰੂਰ ਜੀ ਜੀ ਹਾਂਜੀ ਰਿਮ ਜਿਮ ਰਿਮ ਜਿਮ ਕੱਲ ਹੀ ਅਜੇ ਮੀਂਹ ਪੈ ਕੇ ਹਟਿਆ ਤੇ ਪਵਾ ਦਿਓ ਅੱਜ ਨਹੀਂ ਮੈਂ ਹਾਂਜੀ ਸਜਣਾ ਜਾਨ ਮੇਰੀ ਤੇ ਬਣੀਆਂ ਰਿਮ ਜਿਮ ਪੈਂਦੀਆਂ ਕਣੀਆਂ
सजनो जान मेरी ते बनियो, सजनो जान मेरी ते बनियो, मुड़ मुड़ बदल गजदा आजा, मेरा दिल नहीं लगदा रोजरा, ते मेरा दिल नहीं लगदा बहानिया, मेरा दिल नहीं लगदा ਰਿਲੇਸ਼ਨ ਸ਼ੁਰੂ ਹੋਇਆ ਸੀਗਾ ਜੀ ਮੈਂ ਅੱਜ ਵੀ ਅੱਜ ਕੱਲ ਮੇਰੇ ਕੋਲ ਗੁਸਤਾਖੀਆਂ ਬੜੀਆਂ ਹੁੰਦੀਆਂ ਨੇ ਇਹ ਦੱਸੋ ਵੀ ਅੱਜ ਕੀ ਹੋਇਆ ਸੀ ਅੱਜ ਹੋਣਾ ਤਾਂ ਕੀ ਆ ਭਾਈ ਅਸੀਂ ਸੁੱਤੇ ਨੀ ਸਾਰੀ ਰਾਤ ਤੇ ਅਸੀਂ ਸੁੱਤੇ ਨੀ ਸਾਰੀ ਰਾਤ ਸਾਨੂੰ ਕੱਲ ਗਿਆਰਾਂ ਸਾਢੇ ਗਿਆਰਾਂ ਵਜੇ ਦਾ ਟਾਈਮ ਦੇ ਕੇ ਤੇ ਰੋਜਰ ਸਾਹਿਬ ਆਪ ਸਟੂਡੀਓ ਬੈਠੇ ਤਾਂ ਫੋਨ ਬਾਹਰ ਛੱਡਿਆ ਦਾ ਤੇ ਮੈਂ ਕਿਹਾ ਵੀ ਭਾਈ ਮੈਂ ਫੋਨ ਕਰ ਮੈਂ ਇੱਕ ਦੋ ਫੋਨ ਕੀਤੇ ਤੁਹਾਨੂੰ ਪਤਾ ਮੇਰੇ ਛੇਤੀ ਬਾਰਾਂ ਹੀ ਹੋ ਜਾਂਦਾ ਮੈਂ ਫੋਨ ਕੀਤਾ ਮੈਂ ਕਿਹਾ ਜਿੱਦਾਂ ਦੋ ਵਜੇ ਫੋਨ ਕੀਤਾ ਤੇ ਚੱਕਿਆ ਨੀ ਮੈਂ ਕਿਹਾ ਯਾਰ ਟਾਈਮ ਦੇ ਕੇ ਤਾਂ ਬੰਦਾ ਪਤਾ ਨੀ ਕਿੱਥੇ ਆ ਇਹ ਕਿਹੜਾ ਬੰਦਾ ਹੋਇਆ ਕਿਹੜਾ ਬੰਦਾ ਕੀ ਹੋਇਆ ਕੀ ਚੱਕਰ ਕੀ ਗੱਲ ਕੀ ਹੋ ਗਈ ਮੈਂ ਕਿਹਾ ਢਿੱਲ ਮੱਠ ਤਾਂ ਨੀ ਹੋ ਗਈ ਕੋਈ ਮੈਂ ਤਾਂ ਇਹ ਸੋਚੀ ਜਾਵਾਂ ਮੈਂ ਕਿਹਾ ਅੱਲਾ ਸ਼ੁਕਰ ਅੱਲਾ ਖੈਰ ਕਰੇ ਤੇ ਮੈਨੂੰ ਗੁੱਸਾ ਵੀ ਆਵੇ ਫਿਰ ਮੈਨੂੰ ਮੈਂ ਚਿੰਤਾ ਵੀ ਆਵੇ ਮੇਰੇ ਯਾਰ ਦੋਸਤ ਮੈਂ ਕਿਹਾ ਕਿਤੇ ਮੁਸੀਬਤ ਨਾ ਕਿਸੇ ਚ ਹੋਵੇ ਹੋ ਜਾਂਦਾ ਬੰਦੇ ਨੂੰ ਤੇ ਫਿਰ ਜਦੋਂ ਇੱਧਰ ਰੋਜਰ ਸਾਹਿਬ ਦਾ ਫੋਨ ਆਇਆ ਹੈਲੋ ਜੀ ਮਾਫ਼ੀ ਚਾਹਾਂਗਾ ਜੀ ਬਹੁਤ ਲੇਟ ਹੋ ਗਿਆ ਮਿੰਟ ਹੋ ਗਏ ਸਾਨੂੰ ਖੋ ਜਾਂਦੇ ਖਾਨ ਸਾਹਿਬ ਖਾਨ ਸਾਹਿਬ ਖਾਨ ਸਾਹਿਬ ਗੁਸਤਾਖੀ ਲਈ ਮਾਫ਼ੀ ਚਾਹੁੰਦਾ ਖਾਨ ਸਾਹਿਬ ਗੁਸਤਾਖੀ ਲਈ ਮਾਫ਼ੀ ਚਾਹੁੰਦਾ ਉਹ ਮੈਂ ਕਿਹਾ ਨੋ ਵਰੀ ਸਵੇਰੇ ਮੈਂ ਕਿਹਾ ਕੋਈ ਏਦਾਂ ਦਾ ਚੱਕਰ ਨੀ ਪਰ ਪਤਾ ਫੋਨ ਚੱਕ ਕੇ ਕਹਿ ਦਿੰਦਾ ਵੀ ਬਾਈ ਮੈਂ ਸਟੂਡੀਓ ਦੇ ਵਿੱਚ ਸੀਗਾ ਤੇ ਮੈਂ ਕਿਹਾ ਵੀ ਅਸੀਂ ਚਲੋ ਵੇਟ ਕੀਤੀ ਚੱਲ ਕੋਈ ਚੱਕਰ ਨੀ ਭਰਾਵਾਂ ਦੀ ਏਦਾਂ ਹੁੰਦੀ ਭਰਾਵਾਂ ਦੇ ਵਿੱਚ ਏਦਾਂ ਹੀ ਹੁੰਦਾ ਸਮਝਦੇ ਜੀ ਵਰਨ ਸਾਹਿਬ ਬੰਦਾ ਸਹੀ ਮੇਰਾ ਤੇ ਇਹਨਾਂ ਦਾ ਜਿਹੜਾ ਇੱਕ ਦੋਸਤੀ ਦਾ ਰਿਲੇਸ਼ਨਸ਼ਿਪ ਹੈ ਇੱਥੇ ਪਾਰਾ ਛੇਤੀ ਚੜ੍ਹਦਾ ਵੀ ਤੇ ਲੱਤ ਦਾ ਵੀ ਬੜੀ ਛੇਤੀ ਹੈ ਮੈਨੂੰ ਆ ਕੇ ਹੱਕ ਕੀਤਾ ਭਾਜੀ ਮਾਲਕ ਚਾਹਾਂਗਾ ਭਾਜੀ ਸੋਰੀ ਭਾਜੀ ਏਦਾਂ ਏਦਾਂ ਮੈਂ ਕਿਹਾ ਨੋ ਵਰੀ ਮੈਂ ਕਿਹਾ ਅੱਛਾ ਫਿਰ ਉਸ ਤੋਂ ਬਾਅਦ ਜਦੋਂ ਇੱਕ ਵਾਰੀ ਕਹਿ ਦੇਣਾ ਸੋਰੀ